ਤਿਆਗੇ ਅਰਦਾਸ ਮਾਰੀ ਜੀਉ ਪਿੰਡ ਸਾਹਿਬ ਤੇਰਾ ਵਾਹੇ ਕਉ ਨਾਮਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨ ਜਾਣ ਤੇਰਾ ਵਾਹੇ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਵਾਸਾਈ ਦਸਵੀਂ ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸ ਸਵਾਮੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿਰਾਜ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ ਦੇਵ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਤਾਏ ਸਭ ਥਾਈ ਹੋਏ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਜੀ ਸਹਾਇ ਦਸਾਂ ਪਾਤਸ਼ਾਹੀ ਜੋਤ ਗੁਰਤਾ ਤੇ ਵਿਰਾਸਮਾਨ ਜੁਗੋ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਦੇਸ਼ ਜੀ ਦਾ ਧਿਆਂਤਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਿਆਂ ਹੱਠੀਆਂ ਜੱਬੀਆਂ ਤੱਬੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਦੇਗ ਵਾਰੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰੇ ਸੱਚਰਿਆਂ ਦੀ ਕਮਾਈ ਦਾ ਧਿਆਂਤਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਧਾਮਾਂ ਦੇ ਧਿਆਨਧਾਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾ ਵਾ ਚੇਤਾ ਉਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਰਦਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਹੋਵੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਇਹ ਨਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਧੰਨ ਧੰਨ ਸਤਿਗੁਰੂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਪਾਪ ਨੂੰ ਚਰਨਾ ਚਰਦਾਸ ਬੇਨਤੀ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਪਰਮਿੰਦਰ ਸਿੰਘ ਜੀ ਸੋਹਲ ਅਤੇ ਬੀਬੀ ਕਰਮਜੀਤ ਕੌਰ ਸੋਹਲ ਦੀ ਸਪੁੱਤਰੀ ਸਵਰਗਵਾਸੀ ਸਵਰਨ ਸਿੰਘ ਜੀ ਸੋਹਲ ਅਤੇ ਬੀਬੀ ਗੁਰਨਾਮ ਸਵਰਗਵਾਸੀ ਗੁਰਨਾਮ ਕੌਰ ਸੋਹਲ ਦੀ ਪੋਤਰੀ ਬੱਚੀ ਕਮਲਪ੍ਰੀਤ ਕੌਰ ਦੇ ਆਨੰਦ ਕਾਰਜਾਂ ਦੀ ਸਫਲਤਾ ਦੇ ਲਈ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੌੜ ਆਸਰਾ ਲਿਆ ਹੈ। ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਬਾਣੀ ਦੇ ਪਾਠ ਦਾ ਪ੍ਰਵਾਹ ਗੁਰਬਾਣੀ ਦਾ ਚੱਲ ਰਿਹਾ ਸੀ। ਨਿਰਵਿਘਨਤਾ ਸਹਿਤ ਭੋਗ ਪਾਏ ਗਏ ਉਪਰੰਤ ਪਾਵਨ ਹਜ਼ੂਰੀ ਅੰਦਰ ਖੁੱਲ੍ਹੇ ਪੰਡਾਲ ਸਜੇ ਗੁਰਬਾਣੀ ਦਾ ਕੀਰਤਨ ਹੋਇਆ। ਕਵੀਸ਼ਰ ਸਿੰਘਾਂ ਵੱਲੋਂ ਹਰ ਜਸ ਗਾਇਨ ਕੀਤਾ ਗਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਹ ਪੜ੍ਹੀ ਹੋਈ ਗੁਰਬਾਣੀ ਦੇ ਭਾਵ ਐਵੇਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣੇ ਜੋ ਜੋ ਮਾਈ ਪਾਈ ਦਰ ਤੇ ਤਿਲ ਫੁੱਲ ਭੇਟਾ ਲੈ ਕੇ ਹਾਜ਼ਰ ਹੋਏ ਸਭ ਦੀ ਪ੍ਰੇਮ ਭੇਟਾ ਪ੍ਰਵਾਨ ਕਰਨੀ ਦਰੋਂ ਘਰੋਂ ਸਿੱਖੀ ਦਾਨ ਨਾਮਦਾਨ ਭਰੋਸਾ ਦਾਨ ਬਖਸ਼ਣਾ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀ ਅਕਾਰਜ ਰਾਸ ਕਰਨੇ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਅੰਦਰ ਲਾਇਆ ਪਾਤਸ਼ਾਹ ਜੀ ਉਹ ਸੇਵਕਾਂ ਦੇ ਕਾਰਜ ਮਿਹਰ ਭਰੇ ਸਿਰ ਤੇ ਹੱਥ ਰੱਖ ਕਰਕੇ ਬੱਚੀ ਕਮਲਪ੍ਰੀਤ ਕੌਰ ਦੇ ਜਿਹੜੇ ਵਿਆਹ ਸਮਾਗਮ ਰੱਖੇ ਗਏ ਨੇ ਆਪ ਜੀ ਨੇ ਨਿਰਵਿਘਨਤਾ ਸਹਿਤ ਸੰਪੂਰਨ ਕਰਾਉਣੇ ਵਿਘਨਾਂ ਵਿਨਾਸ਼ਨਾਂ ਦਾ ਨਾਸ਼ ਕਰਨਾ ਪਰਿਵਾਰ ਨੂੰ ਗੁਰਸਿੱਖੀ ਜੀਵਨ ਚਰਨਾਂ ਦੀ ਪ੍ਰੀਤ ਓਟ ਆਸਰਾ ਬਖਸ਼ ਕਰਨਾ ਜਿੰਨੀਆਂ ਪਰਿਵਾਰ ਨੇ ਸੰਗਤ ਨੇ ਸੇਵਾਵਾਂ ਕੀਤੀਆਂ ਸਭ ਦੀਆਂ ਸੇਵਾਵਾਂ ਥਾਏ ਪਾਉਣੀਆਂ ਕਦਮ ਕਦਮ ਲੇਖੇ ਚਲਾਉਣੇ ਚਰਨਾਂ ਦੀ ਪ੍ਰੀਤ ਬਖਸ਼ ਕਰਨੀ ਮਹਾਰਾਜ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੁਰਾਜੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਗੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਰਬ ਕੋ ਮਿਲਿਓ ਚਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।